सलामकुम की हाल चाल है जी कि सब वाइया ठीक ठाक हर तरह खैरियत लो जी कॉल आ रही है तो अज बहुत ही मजेदार कॉल तिना दो ने हाले तक मेरा चैनल सबसक्राइब नहीं किया मेरा चैनल सबसक्राइब कर लो ਤੇ ਜਿਹੜਾ ਨਾਲ ਘੰਟੀ ਦਾ ਬਟਨ ਆ ਉਹਨੂੰ ਜ਼ਰੂਰ ਦਬਾਓ ਤੇ ਤਾਂ ਕਿ ਮੇਰੀ ਜਿਹੜੀ ਵੀ ਵੀਡੀਓ ਹੈ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਤੁਸੀਂ ਮੇਰਾ ਫੇਸਬੁੱਕ ਪੇਜ ਵੀ ਲਾਈਕ ਕਰ ਸਕਦੇ ਆ ਤੇ ਆ ਤੁਸੀਂ ਉੱਤੇ ਕੋਈ ਗੱਲ ਕਰਨੀ ਹੋਵੇ ਕੋਈ ਬਾਤ ਕਰਨੀ ਹੋਵੇ ਆ ਜਿਹੜਾ ਪੇਜ ਮੇਰਾ ਨਜ਼ਰ ਆ ਰਿਹਾ ਹੈ ਐਹੀ ਮੇਰਾ ਪੇਜ ਹੈ ਇਸ ਤੋਂ ਇਲਾਵਾ ਦੁਨੀਆ 'ਚ ਮੇਰਾ ਕੋਈ ਪੇਜ ਨਹੀਂ ਹੈਗਾ ਤੇ ਆਪਾਂ ਕਾਲ ਮਲਾਉਣੇ ਆ ਜੀ ਅੱਲੈਕੁਮ ਅਲੈਕੁਮ ਸਲਮ ਕੀ ਹਾਲ ਚਾਲ ਹੈ ਜੀ ਕਿੱਦਾਂ ਜੀ ਅੱਲਾਹ ਪਾਕ ਦਾ ਸ਼ੁਕਰ ਹੈ ਤੁਸੀਂ ਸੁਣਾਓ ਸਭ ਠੀਕ ਠਾਕ ਹਰ ਤਰ੍ਹਾਂ ਖਰੀਅਤ ਹੈ ਜੀ ਹਾਂ ਜੀ ਅਬ ਮੇਰਾ ਕੰਮ ਆ ਜੀ ਟੈਂਟਾਂ ਦਾ ਹਾਂ ਜੀ ਟੈਂਟਾਂ ਦਾ ਮੇਰਾ ਕੰਮ ਆ ਜੀ ਅੱਛਾ ਤੇ ਪਹਿਲੇ ਹੁੰਦਾ ਸੀਗਾ ਕਿ ਅਸੀਂ ਵਿਆਹ ਸ਼ਾਦੀਆਂ ਦਾ ਕੰਮ ਕਰਦੇ ਹੁੰਦੇ ਸੀਗੇ ਹਾਂ ਤੇ ਫਿਰ ਮੈਨੂੰ ਇੱਕ ਬੰਦੇ ਨੇ ਆਈਡੀਆ ਦਿੱਤਾ ਉਹਨੇ ਮੈਨੂੰ ਕਿਹਾ ਕਿ ਯਾਰ ਅੱਜਕੱਲ ਦੁਨੀਆ ਕੋ ਨਾ ਟਾਈਮ ਨਹੀਂ ਹੈਗਾ ਕਿਸੇ ਕੋ ਨਾ ਲੋਕਾਂ ਨੂੰ ਇੰਨਾ ਭੇਤ ਹੁੰਦਾ ਹੈ ਕਿ ਇਹ ਸਾਰੇ ਕੰਮ ਕਿੱਦਾਂ ਹੁੰਦੇ ਆ ਤੇ ਉਹਨੇ ਮੈਨੂੰ ਕਿਹਾ ਕਿ ਤੁਸੀਂ ਨਾ ਜੀ ਨਾਲ ਫੌਤਗੀਆਂ ਦਾ ਕੰਮ ਵੀ ਸ਼ੁਰੂ ਕਰੋ ਤੇ ਮੇਰਾ ਨਾਲ ਲੈਬਾਰਟਰੀਆਂ ਨਾਲ ਸਾਰੀਆਂ ਨਾਲ ਤੱਲਕ ਆ ਜੀ ਤੇ ਉਹ ਮੈਨੂੰ ਜਿਹੜੇ ਜਿਹੜੇ ਬੰਦੇ ਆਖਰੀ ਪ੍ਰਵਾਸ ਤੇ ਹੁੰਦੇ ਨਾ ਜੀ ਮੈਨੂੰ ਦੱਸ ਦਿੰਦੇ ਆ ਕਿ ਜੀ ਆ ਬੰਦਾ ਜਿਹੜਾ ਆ ਬਸ ਪਰਵਾਸ ਹੋਣ ਵਾਲਾ ਹੈ ਤੇ ਫਿਰ ਮੈਂ ਉਹਨਾਂ ਨਾਲ ਰਾਬਤਾ ਕਰ ਲੈਣਾ ਤੇ ਤੁਹਾਡੀਆਂ ਤੁਹਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਮੈਨੂੰ ਰਿਪੋਰਟਾਂ ਦਾ ਪਤਾ ਲੱਗਾ ਸੀਗਾ ਕਿ ਬੜੀਆਂ ਗਲਤ ਆਈਆਂ ਤੇ ਤੁਹਾਨੂੰ ਫੋਨ ਇਸ ਵਾਸਤੇ ਕੀਤਾ ਸੀਗਾ ਕਿ ਫੌਤਗੀ ਦਾ ਜਿੰਨਾ ਕੰਮ ਆ ਨਾ ਜੀ ਤੁਹਾਡਾ ਕਬਰ ਕੱਢਣੀ ਹੈ ਲੰਗਰ ਹੈ ਤੁਹਾਡਾ ਕਫਨ ਦਫਨ ਹੈ ਤੁਹਾਡੇ ਪਰੌਣਿਆਂ ਨੂੰ ਸਾਹਮਣਾ ਉਹਨਾਂ ਨੂੰ ਕਿੱਥੇ ਸੁਆਣਾ ਪੱਖੇ ਕਿੱਥੋਂ ਲਾਉਣੇ ਆ ਬਿਸਤਰੇ ਕਿੱਥੋਂ ਆਉਣੇ ਆ ਖਾਣਾ ਕੀ ਕੀ ਦੇਣਾ ਡਿਸ਼ਾਂ ਕਿਹੜੀਆਂ ਕਿੜੀਆਂ ਹੋਣੀਆਂ ਚਾਹੀਦੀਆਂ ਉਹਦਾ ਮੈਂ ਸਾਰਾ ਬੰਦਬਸ ਕਰੂੰਗਾ ਤੇ ਤੁਸੀਂ ਮੇਰੇ ਨਾਲ ਪੈਕੇਜ ਕਰ ਲਓ ਜੀ ਕਾਦਾ ਪੈਕੇਜ ਫੌਤਗੀ ਦਾ ਜੀ ਕਿਹੜੀ ਫੌਤਗੀ ਬਜ਼ੁਰਗਾਂ ਦੀ ਓਏ ਬੰਦੇ ਦੇ ਪੁੱਤਰਾ ਵਾਲੀ ਕੋ ਗੱਲ ਕਰ ਤੁਹਾਡਾ ਇਹ ਆ ਕਿ ਜਿਲੇ ਫੌਤਗੀ ਦੇ ਪਰੌਣੇ ਆਉਣਗੇ ਤੁਹਾਨੂੰ ਨਹੀਂ ਟੈਨਸ਼ਨ ਹੈਗੀ ਉਹਨਾਂ ਨੇ ਕਿੱਥੇ ਸੌਣਾ ਹੈ ਕੀ ਖਾਣਾ ਉਹ ਚਾ ਕੰਮ ਕਰ ਫੌਤਗੀ ਆਪਣਾ ਕੋਲੋਂ ਹੀ ਪਾਈ ਜਾਂਦੇ ਆ ਪਤਾ ਨਹੀਂ ਤੇਰਾ ਕਿਹੜੀ نسل ਦੇ ਨਾਲ ਤਲਕਾ ਮੈਂ ਤੈਨੂੰ ਕਹਿੰਦੇ ਆ ਬਜ਼ੁਰਗ ਉਥੋਂ ਲੈ ਆਂਦਾ ਦਵਾਈ ਦੁਈ ਦਿੱਤੀ ਆ ਕੋਈ ਇਨਸ਼ਾਅੱਲਾ ਠੀਕ ਹੋ ਜਾਏਗਾ ਤੇ ਇਹ ਦੱਸੋ ਕਿ ਰੋਟੀ ਤੋਂ ਬਾਅਦ ਮਿੱਠੇ ਚ ਕੀ ਪਸੰਦ ਕਰਦਾ ਤੁਹਾਡਾ ਖਾਨਦਾਨ ਕਿਹੜੀ ਮਿੱਠੇ ਦੀ ਗੱਲ ਕਰੀ ਜਾਂਦੇ ਆ ਅਸੀਂ ਬਾਬੇ ਦੀ ਛੱਡ ਰੱਖੀ ਆ ਰੋਂਦਾ ਐਡਾ ਤੂੰ ਹਮਦਰਦ ਮਿੱਠੇ ਚ ਕੀ ਰੱਖਣਾ ਆਏ ਆ ਕੇ ਕੁਲਾਂ ਦਾ ਵੀ ਅਸੀਂ ਕਰਨਾ ਜੀ ਓਏ ਮੇਰੇ ਕੋ ਕੁਝ ਹੋਰ ਨਾ ਘੋਲਾਈ ਆਪਣੀ ਆਪਣੀ ਬਕਵਾਸ ਬੰਦ ਕਰ ਤੇ ਬਸ ਇਹ ਆ ਕਿ ਤੁਹਾਡਾ 35 ਲੱਖ ਰੁਪਏ ਲੱਗਣਾ ਫੌਤਗੀ ਤੋਂ ਚਾਲੀਸਵੇਂ ਤੱਕ ਇਹ 35 ਲੱਖ ਚ ਦੇਣਾ ਕੀ ਕੀ ਆ ਆਏ ਆ ਕੇ ਜਿੱਲੇ ਪਰੋਣੇ ਜਦੋਂ ਵੀ ਫੌਤਗੀ ਤੋਂ ਜਾਣਗੇ ਤਾਂ ਵੀ ਛਾਪਰਾ ਚ ਪਾ ਕੇ ਚੌਲ ਦੇਾਂਗੇ ਅੱਛਾ ਕੁਲਾਂ ਤੋਂ ਜਾਣਗੇ ਤਾਂ ਵੀ ਦੇਾਂਗੇ ਅੱਛਾ ਮਤਲਬ ਕਿ ਜਿੰਨੇ ਫੰਕਸ਼ਨ ਹੋਣੇ ਨੇ ਨਾ ਹਾਂ ਉਹਦੇ ਵਿੱਚ ਜਰੀ ਵਾਸੇ ਵੀ ਸਾਡੇ ਮਹੱਲੇ ਕੇ ਨੂੰ ਕੋ ਲੰਗਿਆ ਉਹਨੂੰ ਵੀ ਰੋਟੀਆਂ ਦਾ ਛਾਪਰ ਦੇ ਦੇਣਾ ਦੁਰ ਫਿਟੇ ਮੂ ਤੇਰੀ ਵੰਡ ਤੇ ਦੁਰ ਫਿਟੇ ਮੂ ਤੇਰੀ ਵੰਡ ਤੇ ਪਤਾ ਨਹੀਂ ਤੈਨੂੰ ਦੱਸਣ ਵਾਲਾ ਕਿਹੜਾ ਤੇ ਕੀ ਹਮਕਾਨ ਕੀ ਐ ਸਵੇਰੇ ਇਨਸ਼ਾ ਅੱਲਾ ਅੱਜ ਹੀ ਐ ਸੀ ਓਏ ਓਏ ਬੰਦਾ ਬਾਣ ਓਏ ਦਵਾਈ ਦਿੱਤੀ ਆ ਹੁਣ ਉਹ ਚੁੱਪ ਕਰਕੇ ਬੈਠਾ ਇਨਸ਼ਾ ਅੱਲਾ ਅੱਜ ਨਹੀਂ ਗੱਲ ਠੀਕ ਹੋ ਜਾਏਗਾ ਬਾਕੀ ਪਰਨਾ ਦਾ ਸਾਰੇ ਨਹੀਂ ਆ ਪਹਿਲੇ ਤੁਹਾਡੇ ਨੂੰ ਕਿਸੇ ਨੇ ਮਰਨਾ ਮੈਂ ਕਹਿੰਦਾ ਸੀ ਕਿ ਤੁਸੀਂ ਅਗਰ 50000 ਰੁਪਏ ਦੇ ਦਿੰਦੇ ਮੈਨੂੰ ਤੇ ਮੈਂ ਬੁਕਿੰਗ ਕਰ ਲੈਂਦਾ ਤੁਹਾਡੀ 50000 ਦਾ ਦਾਵਾਨ ਤੈਨੂੰ ਬੁਕਿੰਗ ਕਾਡ ਅਡਵਾਂਸ ਥੋੜਾ ਸਾਡੇ ਨੂੰ ਹਲੇ ਹੋਇਆ ਕੱਖ ਨਹੀਂ ਮੈਂ ਉਹਦੇ ਚਸ਼ਨ ਚ ਪਹਿਲੇ ਤੈਨੂੰ ਪੰਜਾਬ ਭੇਜਦਾ ਬੱਲੇ ਆ ਤੇਰੇ ਦੁਆ ਕਰ ਪੁੱਤਰਾ ਦੁਆ ਕਰੋ ਅੱਲਾ ਕਰੇਗਾ ਜੀ ਮੈਂ ਤੇਰਾ ਮਸਤਾ ਮੈਂ ਤੇਰੀ ਦੁਆ ਕਰਾਂ ਮੈਂ ਤੇਰਾ ਗਾਗਾ ਜੇ ਕਿਤੇ ਬਣਿਆ ਤਾਂ ਅੱਲਾ ਨੇ ਸਾਡਾ ਵੀ ਰਜ਼ਕ ਬਣਾਉਣਾ ਹੀ ਆ ਨਾ ਇਨਸ਼ਾ ਅੱਲਾ ਇੱਥੇ ਨਹੀਂ ਬਣਨਾ ਹੁਣ ਤੇਰਾ ਰਜ਼ਕ ਬਜ਼ੁਰਗ ਸਾਡਾ ਠੀਕ ਹੋ ਜਾਣਾ ਅੱਲਾ ਦੀ ਰਹਿਮਤ ਨਾਲ ਦੋਈਆਂ ਬਥੇਰੀਆਂ ਦੇ ਰਹੇ ਆ ਡਾਕਟਰ ਤਾਂ ਭੌਂਕਦੇ ਰਹਿੰਦੇ ਪਤਾ ਨਹੀਂ ਨੇ ਕਹਿ ਹੋ ਜਾਣਾ ਇਹ ਨਹੀਂ ਹੋਣਾ ਨਹੀਂ ਉਹ ਮੇਰੇ ਅੰਦਰ ਖਾਤੇ ਡਾਕਟਰਾਂ ਨਾਲ ਗੱਲ ਹੋਈ ਹੈ ਉਹ ਤੇਰੇ ਅੰਦਰ ਖਾਤੇ ਆ ਗਿਆ ਐਡਾ ਤਾਕਤਾਰ ਤੇਰਾ ਅੰਦਰ ਖਾਤੇ ਤੇਰੀ ਗੱਲ ਹੁੰਦੀ ਐ ਐਡਾ ਤੂੰ ਇੰਟੈਲੀਜੈਂਸ ਇਹ ਦੱਸੋ ਕਿ ਆਪਣੇ ਕੋ ਗੱਡੀਆਂ ਗੁੱਡੀਆਂ ਵੀ ਜਿਹੜੀਆਂ ਸਾਈਕਲਾਂ ਮੋਟਰਸਾਈਕਲਾਂ ਆਣੀਆਂ ਉਹਦਾ ਵੀ ਅਸੀਂ ਸਟੈਂਡ ਇੱਕ ਸਾਈਡ ਤੇ ਲਵਾ ਦੇਾਂਗੇ ਉਹ ਸਾਡੇ ਫੌਤਗੀ ਹੋਣੀ ਆ ਕੋਈ ਕੋ ਮੇਲਾ ਲੱਗਣਾ ਸਾਈਕਲ ਸਟੈਂਡ ਵੀ ਉੱਤੇ ਚਾਹੀਦਾ ਤੇ ਬਾਬਾ ਜੀ ਮਿੱਠੇ ਚ ਕੀ ਪਸੰਦ ਕਰਦੇ ਸੀ ਆਪਾਂ ਫਿਰ ਚਾਲੀਸਵੇਂ ਤੱਕ ਉਹੀ ਚਲਾਉਣਾ ਲੰਗਰ ਉਹ ਤੈਨੂੰ ਸ਼ਰਮ ਆਉਂਦੀ ਕਿ ਕਿਉਂ ਨਹੀਂ ਤੈਨੂੰ ਸ਼ਰਮ ਕਿਉਂ ਨਹੀਂ ਆਉਂਦੀ ਖੱਟੇ ਦੇ ਕੀ ਕਰਨਾ ਇਹ ਖੱਟਾ ਮਿੱਠਾ ਤੂੰ ਆਪਣੇ ਰੱਖ ਕੋਲ ਜਿਹੜੇ ਤੁਹਾਡੇ ਪ੍ਰਾਣੇ ਦੂਰੋਂ ਨੇ ਨਾ ਜੀ ਉਹਨਾਂ ਨੂੰ ਗੱਡੀਆਂ ਤੇ ਬਿਠਾ ਦੇ ਆਪ ਦੁਰ ਫਿਟੇ ਮੂੰ ਤੇਰੀ ਸਮਝਾਉਏ ਬੁਣੇ ਤੇ ਉਹਨਾਂ ਨੂੰ ਅੱਡੇ ਚੋਂ ਲੈ ਕੇ ਵੀ ਅਸੀਂ ਆਉਣਾ ਤੇ ਛੱਡ ਕੇ ਵੀ ਅਸੀਂ ਆਉਣਾ ਵੈਗਨਾ ਦੋ ਮੈਂ ਮੇਰੇ ਕੋ ਹੈਗੀਆਂ ਆ ਉਹ ਮੈਂ ਅਲੈਦਾ ਲੈ ਲੈਣੀ ਆ ਬਾਹਰਲੇ ਪ੍ਰਾਣਿਆਂ ਵਾਸਤੇ ਤੇ ਉਹ ਮੇਰਾ ਟੈਨਸ਼ਨ ਤੈਨੂੰ ਆ ਫੋਟਗੀ ਤੂੰ ਆਪਣੇ ਨਾਲ ਕਰਾ ਲੈ ਰੋਣ ਵਾਸਤੇ ਅਗਰ ਕੋਈ ਬੰਦੇ ਚਾਹੀਦੇ ਨੇ ਮੈਂ ਆਪਾ ਅੱਲਾ ਨੂੰ ਕਿਹਾ ਆਜੂਗਾ ਜਦੋਂ ਕਰਾਂਗਾ ਫੋਨ ਨੂੰ ਰੋਣ ਵਾਸਤੇ ਵੀ ਬੰਦੇ ਸਤਨ ਡਿਆ ਨਹੀਂ ਹੁੰਦਾ ਨਾ ਕਈ ਵਾਰੀ ਵੈਂਡ ਜ਼ਿਆਦਾ ਪਾਉਣਾ ਹੁੰਦਾ ਮੇਰੇ ਮਹੱਲੇ ਚ ਮਸੱਲੀਆਂ ਦੇ ਮੁੰਡਿਆਂ ਨੂੰ ਫੋੜੇ ਪਿੰਸੀਆਂ ਨਿਕਲੀਆਂ ਉਹਨਾਂ ਨੂੰ ਦਵਾਈ دارੂ ਵਾਲਾ ਕੋਈ ਨਹੀਂ ਉਹ ਮੇਰੇ ਘਰ ਦੇ ਬਾਹਰ ਆ ਕੇ ਰੋਂਦੇ ਆ ਅਸੀਂ ਉਹਨਾਂ ਨੂੰ ਰੋਵਾ ਲਾਂਗੇ ਤੂੰ ਐਡੀ ਹਮਦਰਦੀ ਛੱਡ ਦੇ ਤੂੰ ਆਪਣਾ ਕੋ ਹੋਰ ਕੰਮ ਕਰ ਲੈ ਤੇ ਕਿੰਨੇ ਬੰਦੇ ਚਾਹੀਦੇ ਤੁਹਾਨੂੰ ਰੋਣ ਵਾਲੇ ਕੀ ਰੋਣ ਵਾਸਤੇ ਬੰਦੇ ਕਿੰਨੇ ਚਾਹੀਦੇ ਤੇ ਐਦਾਂ ਕਰੋ ਮੇਰਾ ਇਜ਼ੀ ਪੈਸਾ ਮੈਂ ਜਿਹੜਾ ਨੰਬਰ ਤੇ ਕਾਲ ਕਰਨ ਨੇ ਆ ਨਾ ਜੀ ਹਾਂ ਇਹ ਤੇ 50000 ਰੁਪਏ ਕਰਾ ਦਿਓ ਮੈਨੂੰ ਐਡਵਾਂਸ ਬੁਕਿੰਗ ਹੋਰ ਵੀ ਕਬ ਮੈਂ ਹੋਰ ਨਾ ਨਾ ਮੈਂ ਉਧਰ ਫਿਰ ਬਿਜ਼ੀ ਹੋ ਜਾਾਂਗਾ ਫੇ ਤੁਹਾਡਾ ਅੱਜ ਇੱਕ ਵਾਰ ਤੋ ਈਜ਼ੀ ਹੋ ਜਾ ਮੈਂ ਨਹੀਂ ਭਜਣੇ ਤੇ ਤਵੇ ਦੀ ਰੋਟੀ ਹੋਣੀ ਚਾਹੀਦੀ ਕਿ ਤੰਦੂਰ ਦੀ ਓਏ ਮੈਂ ਤੇਰਾ ਤਵਾ ਨਾ ਲਾ ਦੇਆ ਬੰਦਾ ਬਣ ਬਾਬਾ ਜੀ ਦੀ ਉਮੀਦ ਕਦੋਂ ਤੱਕ ਹੈ ਵੈਸੇ ਬਾਬਾ ਜੀ ਅੱਲਾਹ ਦੀ ਰਹਿਮਤ ਨਾਲ ਦੁਆਈ ਦਿੱਤੀ ਆ ਹੁਣ ਆਪ ਉੱਠ ਕੇ ਗਏ ਆ ਬਾਥਰੂਮ ਤੇ ਬਾਥਰੂਮ ਚ ਡੇਗ ਨਾ ਪਏ ਹੁਣ ਜਰਾ ਪਿੱਛੇ ਜਾਓ ਫਟੇਮ ਉਧਰ ਫਟੇਮ ਉਹ ਤੇਰੀ ਅਕਲ ਤੇ ਲਾਹਨਤ ਭੇਜਦਾ ਮੈਂ ਤੁਸੀਂ ਮੈਨੂੰ ਸਿਆਣੇ ਬੰਦੇ ਲੱਗਦੇ ਆ ਮੇਰੇ ਕਾਰੋਬਾਰ ਕਾਰੋਬਾਰ ਵਾਸਤੇ ਦੁਆ ਕਰੋ ਜ਼ਿਆਦਾ ਅੱਛੇ ਤਰੀਕੇ ਨਾਲ ਚੱਲੇ ਬੱਲੇ 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 ਆ ਤੇਰੀਆਂ ਕਰਤੂਤਾਂ ਤੋਂ ਬਾਦਵਾ ਦੇਣ ਨੂੰ ਵੀ ਦਿਲ ਨਹੀਂ ਕਰਦਾ ਵੈਸੇ ਬਾਬਾ ਜੀ ਦਾ ਕੀ ਹਾਲ ਹੈ ਜੀ ਬਾਬਾ ਜੀ ਅੱਲਾਹ ਦੀ ਰਹਿਮਤ ਨਾਲ ਹੋ ਜਾਣਗੇ ਠੀਕ ਦੁਆਵਾ ਕਰਦੇ ਆ ਅਸੀਂ ਮਾਲਕ ਉਹ ਦੁਆ ਕਰਾ ਰਹੇ ਆ ਲੇਕਿਨ ਰਿਪੋਰਟਾਂ ਬਹੁਤ ਗਲਤ ਨੇ ਉਹਨਾਂ ਦੀ ਪੜ ਕੇ ਮੇਰੇ ਕੋ ਕੁਝ ਹੋਰ ਨਾ ਕੁਝ ਕ ਲਈਏ ਓਏ ਬੰਦੇ ਦਾ ਪੁੱਤ ਬਣ ਜਾ ਐਡਾ ਤੂੰ ਵੈਸੇ ਮੈਨੂੰ ਮੈਨੂੰ ਲੱਗਦਾ ਨਹੀਂ ਕਿ ਕੱਲ ਦਾ ਦਿਨ ਚੜੂਗਾ ਓਏ ਕੱਲ ਨੂੰ ਕੀ ਹੋਇਆ ਮਤਲਬ ਮੈਨੂੰ ਲੱਗ ਰਿਹਾ ਹੈ ਕੱਲ ਨੂੰ ਦਿਨ ਨਹੀਂ ਚੜਨਾ ਇਹ ਨਾ ਦੁਆ ਕਰੋ ਬਾਰਿਸ਼ ਦੀ ਦੁਆ ਨਾ ਕਰੋ ਪਰੌਣਿਆਂ ਨੇ ਭੇਜਣਾ ਤੇ ਨਾਲ ਬਾਬੇ ਨੇ ਵੀ ਭੇਜ ਦੇਣੇ ਜਾਣਾ ਉਹ ਮੇਰਾ ਬਾਬਾ ਤੁਹਾਡੀ ਦਾਦੀ ਦਾ ਕਲਾਸ ਫੈਲੋ ਆ ਅੱਛਾ ਅਗਰ 500 ਬੰਦਾ ਹੋਇਆ ਨਾ ਜੀ 500 ਨਾਲ ਅਸੀਂ 100 ਬੰਦਾ ਫ੍ਰੀ ਦਿੰਨੇ ਉਹਨੇ ਕੀ ਹਾਲ ਚਾਲ ਕੀ ਹੈ ਬਾਬਾ ਜੀ ਦਾ ਹਾਏ ਹੁਣ ਮੈਂ ਤੈਨੂੰ ਕੀ ਦੱਸਾਂ ਮੈਂ ਤੈਨੂੰ ਦੱਸ ਰਿਹਾ ਬਾਥਰੂਮ ਗਿਆ ਹੈ ਬਾਬਾ ਜੀ ਬਾਬਾ ਦੇਰ ਹੋ ਗਈ ਹੈ ਆਇਆ ਨਹੀਂ ਮੈਨੂੰ ਖੈਰ ਨਹੀਂ ਲੱਗਦੀ ਬਾਥਰੂਮ ਸਾਡਾ ਦੂਰ ਆ ਬਾਬਾ ਜੀ ਨੂੰ ਚੁੱਕ ਕੇ ਲੈ ਜਾਣਾ ਸੀਗਾ ਕੀ ਗਿਆ ਬਾਬੇ ਨੂੰ ਮੈਂ ਕਿਹਾ ਬਾਥਰੂਮ ਚੁੱਕ ਕੇ ਲੈ ਜਾਣਾ ਸੀਗਾ ਬਾਬਾ ਸਾਡਾ ਸੁਣਿਆ ਚੁੱਕ ਲੈ ਜਾਣਾ ਓਏ ਅੱਲਾਹ ਦੀ ਰਹਿਮਤ ਨਾਲ ਬਿਮਾਰ ਹੋਇਆ ਠੀਕ ਵੀ ਹੋ ਜਾਊਗਾ ਮੈਨੂੰ ਲੱਗਦਾ ਨਹੀਂ ਵੈਸੇ ਪੜ ਗਿਆ ਉਹ ਛਿੱਤਰ ਖਾਲੇਗਾ ਤੂੰ ਏ ਉਹ ਮੇਰੇ ਕੋਲ ਛਿੱਤਰ ਖਾਲੇ ਤੂੰ ਹੁਣ ਮੈਨੂੰ ਪਤਾ ਨਹੀਂ ਕਿਉਂ ਲੱਗਦਾ ਕਿ ਬਾਬੇ ਦਾ ਦਾਣਾ ਪਾਣੀ ਚੁੱਕਿਆ ਗਿਆ ਬਾਬਾ ਤੇਰੇ ਕੋ ਉਧਾਰ ਤਰੀਕੇ ਦਿਖਾਦਾ ਰਿਹਾ ਤੈਨੂੰ ਬਾਬੇ ਦੀਆਂ ਸਾਰੀਆਂ ਹਰਕਤਾਂ ਦਾ ਪਤਾ ਕੋ ਬੰਦੇ ਦੇ ਪੁੱਤਰਾ ਵਾਲੀ ਗੱਲ ਕਰ ਲੈ ਬੰਦੇ ਦੇ ਪੁੱਤਰਾ ਵਾਲੀ ਗੱਲ ਕਰ ਲੈ ਕਿਸੇ ਵਾਸਤੇ ਦੁਆ ਕਰੀਦੀ ਐ ਅੱਲਾ ਪਾਕ ਉਹਨੂੰ ਤੰਦਰੁਸਤੀ ਦਵੇ ਹੌਸਲਾ ਕਰੋ ਪਾਜੀ ਹੌਸਲਾ ਕਰੋ ਇੱਥੇ ਵੀ ਗਬਰਨ ਵਾਲਾ ਬੈਠਾ ਹੌਸਲਾ ਪਾਜੀ ਹੌਸਲਾ ਓਏ ਜੋ ਅੱਲਾਹ ਦਾ ਹੁਕਮ ਹੈ ਅੱਲਾਹ ਦਾ ਹੁਕਮ ਹੈ ਤੁਹਾਡਾ ਬਜ਼ੁਰਗ ਠੀਕ ਹੋ ਜਾਊਗਾ ਤੁਹਾਡਾ ਬਜ਼ੁਰਗ ਹੋਣ ਮਰਨਾ ਮੈਂ ਦੁਆ ਕਰਦਾ ਬਸ ਉਹਨਾਂ ਦੀ ਲਿਖੀ ਐ ਨਹੀਂ ਸੀ ਭਾਜੀ ਓਏ ਮੇਰੇ ਕੋ ਕੁਛ ਛੋੜ ਨਾ ਮੋਹ ਛੋੜ ਲਈ ਬਸ ਭਾਜੀ ਇਹ ਆ ਕਿ ਚਲੋ ਚਲੀ ਦਾ ਮੇਲਾ ਹੈ ਵਾਹ 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 ਤੇਰੀ ਤਨਾਈ ਦੇ ਲਫਜ਼ ਪਤਾ ਨਹੀਂ ਤੈਨੂੰ ਕਿਹੜਾ ਗੱਜਰ ਦੱਸਦਾ ਇਡੀਆਂ ਤਨਾਈ ਦੀਆਂ ਗੱਲਾਂ ਆਏ ਹਾਏ ਸੋਹਣੀ ਗਜ਼ਰ ਗਏ ਕੌਣ ਬਜ਼ੁਰਗ ਤੁਹਾਡੇ ਬਜ਼ੁਰਗ ਆਇਆ ਬੜੇ ਅੱਛੇ ਸਿੱਕੇ ਕੌਣ ਬਜ਼ੁਰਗ ਤੁਹਾਡੇ ਸਾਡੇ ਵੀਰ ਉਹ ਉਹਦੀ ਅਛਾਈ ਪੜਾਈ ਦਾ ਮੈਨੂੰ ਪਤਾ ਜਾਂ ਤੈਨੂੰ ਪਤਾ ਉਹ ਉਹ ਮੇਰਾ ਜਾਂ ਤੇਰਾ ਹਾਏ 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 ਕਦੀ ਕਿਸੇ ਨੇ ਵਾਦਾ ਘਾਟਾ ਨਹੀਂ ਕੀਤਾ ਸੀ ਉਹਨਾਂ ਨੇ ਲੇਕਿਨ ਤੂੰ ਕਰ ਰਿਹਾ ਤੂੰ ਹੀ ਹਟਦਾ ਤੂੰ ਘਾਟਾ ਘਾਟਾ ਕਰ ਲੋ ਹਟ ਹੀ ਨਹੀਂ ਰਿਹਾ ساری ਜ਼ਿੰਦਗੀਆਂ ਸਾਫ਼ ਸੁਥਰੇ ਸੋਹਣੇ ਕੱਪੜੇ ਪਾਏ ਤੇ ਬਸ ਚਲੋ ਹੁਣ ਇਹ ਤੇ ਜਿਹੜਾ ਬਣਿਆ ਉਹਨੇ ਢੈਣਾ ਵੀ ਆ ਜੀ ਬਾਬਾ ਜੀ ਨੇ ਉਹ ਤੋਂ ਬਾਬੇ ਦੇ ਖੱਤੇ ਕਿਉਂ ਪਿਆ ਉਹ ਤੈਨੂੰ ਸਮਝਾਉਣ ਵਾਲਾ ਕੋਈ ਨਹੀਂ ਉਹ ਤੁਹਾਡੀ ਪੂਰੀ ਨਸਲ 'ਚ ਅੱਜ ਤੱਕ ਕੋ ਬੰਦਾ ਅੱਲਾਹ ਨੂੰ ਪਿਆਰਾ ਹੋਇਆ ਹੀ ਨਹੀਂ ਚਲੋ ਕੋਈ ਨਹੀਂ ਕਰਦਿਆਂ ਨੂੰ ਵੀ ਜਰਾ ਸਬਰ ਦਿਓ ਬੱਚਿਆਂ ਨੂੰ ਕਿਹੜਾ ਸਬਰ ਦੇਦਾ ਫੇਰ ਗੱਲ ਉੱਥੇ ਹੀ ਲੱਗ ਜਾਂਦਾ ਉਹ ਪਾਗਲ ਦੇ ਬੱਚੇ ਹਲੇ ਪਿਓ ਮੇਰਾ ਜਿਉਂਦਾ ਔਰ ਅੱਲਾਹ ਦੀ ਰਹਿਮਤ ਨਾਲ ਦੁੱਧ ਦੁੱਧ ਖਾਧੀ ਠੀਕ ਹੋ ਜਾਊਗਾ ਔਰ ਨਹੀਂ ਘੰਟੇ ਤੱਕ ਠੀਕ ਹੋਊਗਾ ਠੀਕ ਨਾ ਕਰੋ ਪਾਜੀ ਇਦਾਂ ਨਾ ਕਰੋ ਸਦਮੇ 'ਚ ਨਾ ਆਓ ਸਦਮੇ 'ਚ ਨਾ ਆਓ ਹੰਤ ਨੂੰ ਹੱਥ ਪਾ ਲਓ ਕੰਦ ਨੂੰ ਦੁਰ ਫਿੜ ਬੁੱਤੇ ਤੇ ਕੰਦ ਨੂੰ ਹੱਥ ਪਾ ਲਓ ਕੰਧੀਆਂ ਈਟਾਂ ਜਿਹੜੀਆਂ ਡਿੱਗਣ ਲੱਗੀਆਂ ਬਸ ਕਿਸੇ ਦੇ ਗਲ ਲੱਗ ਕੇ ਬੋਤਾ ਨਾ ਰੋਈਓ ਹੈ ਮੈਂ ਕਹਾਂ ਕਿਸੇ ਦੇ ਗਲ ਲੱਗ ਲੱਗ ਕੇ ਬੋਤਾ ਨਾ ਤੁਸੀਂ ਰੋਈਓ ਹਾਂ ਮੈਂ ਮੋਢੇ ਤੇ ਦੰਦੀ ਬੀੜ

ਹਾਏ ਹਾਏ ਕਿਤੇ ਪਾਜੀ ਤੁਸੀਂ ਬਾਥਰੂਮ ਨਾ ਜਾਣ ਦਿੰਦੇ ਤਾਂ ਉਹਨੇ ਮੰਜੇ ਤੇ ਹੀ ਮਰਨਾ ਸੀ ਉਹ ਚਾਹ ਤਫਾ ਹੋ ਜਾ ਉਹ ਤੇਰੀ ਜਬਾਨ ਤੇ ਕੁੱਤੇ ਦਾ ਹਾਏ ਹਾਏ ਰੁਕ ਗਿਆ ਦਿਲ ਵਿਚਾਰਿਆਂ ਦਾ ਹੈ ਬਾਬਾ ਜੀ ਦਾ ਨਹੀਂ ਨਹੀਂ ਦਿਲ ਨੇ ਰੁਕਿਆ ਦਿਲ ਤਾਂ ਹੁਣ ਅੱਲਾਹ ਦੀ ਰਹਿਮਤ ਨਾਲ ਠੀਕ ਹੋ ਜਾਣਾ ਹਾਏ 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 ਚਲੋ ਕੋਈ ਨਹੀਂ ਪਾਜੀ ਅੱਲਾਹ ਉਹਨਾਂ ਨੂੰ ਜੰਨਤ ਰਸੀਬ ਕਰੇ ਨਹੀਂ ਹਰਦਾ ਨਹੀਂ ਹਰਦਾ ਨਹੀਂ ਹਰਦਾ ਕਿਸੇ ਗੰਦੀ ਨਸਲ ਦਾ ਓ ਮੇਰੇ ਪਿਓ ਨੂੰ ਮਾਰਨ ਟੁਰਿਆ ਕਰੋ ਓ ਤੇਰਾ ਬੇੜਾ ਕਰਕੇ हौसला हौसला पाजी हौसला 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 पाजी हौसला 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 बस 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 बस